ਮੰਮੀ ਜੇ ਤੁਹਾਡੇ ਦੋਨਾਂ ਦੇ ਚੱਕਰ ਚ ਬੱਚੇ ਨੂੰ ਛੁੱਟੀ ਮਿਲ ਰਹੀ ਹੈ ਤਾਂ ਲੈਣ ਦੋ ਨਾ ਛੁੱਟੀ ਹੁਣੀ ਹੈ ਤਿਆਰ ਕੀ ਕਰਾਂ ਕੁਦਕੁਦ ਆ ਰਿਆਂ ਹੈਲੋ ਹੈਲੋ ਹੋਲੋ ਨੂੰ ਛੱਡੋ ਜੀ ਜੇ ਕੋਈ ਕੰਮ ਤਾਂ ਦੱਸੋ ਕੰਮ ਕਰਨ ਨੂੰ ਤਾਂ ਮੇਰਾ ਦਿਲ ਹੀ ਨਹੀਂ ਕਰਦਾ ਤੁਹਾਡੇ ਪਿਆਰ ਨੇ ਨਿਕੰਮਾ ਕੀਤਾ ਹੋਇਆ ਮੇਰੇ ਕੋਲੇ ਆ ਫਾਲਤੂ ਕੰਮਾਂ ਵਾਸਤੇ ਟਾਈਮ ਹੈ ਨਹੀਂ ਟਾਈਮ ਨਾ ਹੋਵੇ ਮਨ ਤਾਂ ਹੋਗਾ ਨਾ ਉਹ ਸ਼ਰਮ ਕਰੋ ਜੀ ਮੈਂ ਬਿਹੇਵਰ ਹੈ ਬੰਦਾ ਫਿਰ ਕੀ ਹੋਇਆ ਜੇ ਟੀਵੀ 'ਚ ਕੇਬਲ ਲੱਗ ਗਈ ਪੈਨ ਡਰਾਈਵ ਤਾਂ ਫਿਰ ਵੀ ਅਟੈਚ ਕੀਤੀ ਜਾ ਸਕਦੀ ਹੈ ਨਾ ਸ਼ਵਿੰਦਰ ਜੀ ਸਮਾਰਟ ਟੀਵੀ ਬਣੋ ਮੈਂ ਪੁਰਾਣਾ ਸ਼ਟਰ ਵਾਲਾ ਟੀਵੀ ਉਹ ਠੀਕ ਹੈ ਜੀ ਤੇ ਇੱਕੋ ਚੈਨਲ ਚੱਲਦਾ ਅੱਜ ਕੱਲ ਤਾਂ ਤੁਹਾਡਾ ਉਹ ਚੈਨਲ ਵੀ ਨਹੀਂ ਚੱਲ ਰਿਹਾ ਉਹ ਕਿਤੇ ਇੱਧਰ ਉੱਧਰ ਹੀ ਕੁੰਡੀ ਪਾ ਲੋ ਪਿੰਕੀ ਜੀ ਤੁਹਾਡੇ ਮੂਹਰੇ ਹੱਥ ਜੋੜੇ ਮੈਨੂੰ ਮਾਫ ਕਰੋ ਹਾਏ ਰੱਬਾ ਹਾਂ ਹੀ ਮਾਫੀ ਜੇ ਤੁਸੀਂ ਕੋਈ ਗਲਤੀ ਕਰਕੇ ਮੰਗਦੇ ਨਾ ਮੈਂ ਤਾਂ ਫਿਰ ਵੀ ਮਾਫ ਕਰ ਦੇਣਾ ਪਿੰਕੀ ਜੀ ਚੁੱਪ ਕਰਕੇ ਇੱਥੋਂ ਚਲੇ ਜਾਓ ਨਹੀਂ ਮੈਂ ਬੰਸਲ ਸਾਹਿਬ ਨੂੰ ਬੁਲਾ ਲੈਣਾ ਧਮਕੀ ਦੇ ਰਹੇ ਹੋ ਬੰਸਲ ਸਾਹਿਬ ਬੰਸਲ ਸਾਹਿਬ ਚੰਗਾ ਚੰਗਾ ਜਾਨੀ ਆ ਪਰ ਇੱਕ ਗੱਲ ਯਾਦ ਰੱਖਿਓ ਤੁਸੀਂ ਇਸ ਪਿੰਕੀ ਦੇ ਨਸ਼ੇ ਤੋਂ ਜ਼ਿਆਦਾ ਦਿਨ ਦੂਰ ਨਹੀਂ ਰਹਿ ਸਕਦੇ ਦੇਖਦੇ ਹਾਂ ਕਦੋਂ ਤੱਕ ਦੂਰ ਪਹੁੰਚਦਾ ਹੈ ਤੁਹਾਨੂੰ ਮੈਂ ਕਲੀਨਿਕ ਛੱਡ ਦੇਣਾ ਆ ਜਾਓ I'm sorry. Please. Please. ਦੇਖਿਆ ਪ੍ਰੋਫੈਸਰ ਸਾਹਿਬ ਤੁਹਾਡੀ ਸਿਮਰਨ ਦੀਦੀ ਨੂੰ ਕੋਈ ਹੋਰ ਘੁਮਾਉਣ ਲੈ ਜਾ ਰਿਹਾ ਹੈ ਪਹਿਲਾਂ ਤਾਂ ਉਹ ਦੀਦੀ ਤੇਰੀ ਸੀ ਤੇ ਹੁਣ ਸਾਲਿਆ ਮੇਰੀ ਹੋ ਗਈ ਚਲੋ ਜਿਹਦੀ ਮਰਜ਼ੀ ਹੈ ਜੀ ਹੈ ਤਾਂ ਬਗਾਨਾ ਧਨ ਪਰ ਲੁੱਟ ਕੋਈ ਹੋਰ ਰਿਹਾ ਕੀ ਬਕਵਾਸ ਕਰ ਰਿਹਾ ਮੇਰਾ ਮਤਲਬ ਘੁਮਾਉਣ ਕੋਈ ਹੋਰ ਲੈ ਜਾ ਰਿਹਾ ਉਹ ਘੁਮਾ ਨਹੀਂ ਰਿਹਾ ਉਹਨੂੰ ਕਲੀਨਿਕ ਛੱਡਣ ਜਾ ਰਿਹਾ ਕਲੀਨਿਕ ਬੜਾ ਨੱਕ ਦੀ ਸੇਹ ਚ ਆਉਣਾ ਜੀ ਉਹ ਵੀ ਤਾਂ ਘੁੰਮ ਘੁਮਾ ਕੇ ਹੀ ਆਊ ਜੀ ਜਰਾ ਸੋਚੋ ਇੰਨੀਆਂ ਲਿਫਟਾਂ ਦੇਣ ਦੇ ਬਾਵਜੂਦ ਜਿਹਨੇ ਅੱਜ ਤੱਕ ਤੁਹਾਨੂੰ ਲਿਫਟ ਨਹੀਂ ਦਿੱਤੀ ਅੱਜ ਉਹਨੂੰ ਕੋਈ ਹੋਰ ਲਿਫਟ ਦੇ ਰਿਹਾ ਉਹ ਲਿਫਟ ਨਹੀਂ ਦੇ ਰਿਹਾ ਆਪਣੀ ਨੌਕਰੀ ਕਰ ਰਿਹਾ ਅਗਲਾ ਡਰਾਈਵਰ ਆ ਇਸ ਹਿਸਾਬ ਨਾਲ ਤਾਂ ਤੂੰ ਵੀ ਸੋਚਦਾ ਹੋਏਗਾ ਕਿ ਰੋਜ਼ ਲੰਚ ਤੇ ਡਿਨਰ ਤੂੰ ਮੈਨੂੰ ਆਪਣੇ ਪੱਲੇ ਕਰਾਉਣਾ ਪ੍ਰੋਫੈਸਰ ਸਾਹਿਬ ਇਹ ਤਾਂ ਮਨ ਨੂੰ ਸਮਝਾਉਣ ਵਾਲੀ ਗੱਲ ਹੋ ਗਈ ਜੀ ਇਹਦਾ ਮਤਲਬ ਡੁੱਲੇ ਬੇਰਾਂ ਦਾ ਬਹੁਤ ਕੁਝ ਵਿਗੜ ਗਿਆ ਸ਼ੁਕਰ ਕਰੋ ਬੇਰ ਹਲੇ ਡੁੱਲੇ ਹੀ ਨੇ ਅਗਲੇ ਨੇ ਟੁੱਕੇ ਨਹੀਂ ਪ੍ਰੋਫੈਸਰ ਇਸ ਤੋਂ ਪਹਿਲਾਂ ਕਿ ਸਾਡੀ ਤੋਤਾ ਮੈਨਾ ਦੀ ਕਹਾਣੀ ਪੁਰਾਣੀ ਹੋ ਜਾਵੇ ਇਸ ਨਵੇਂ ਤੋਤੇ ਦੀ ਚੁੰਝ ਤਾਂ ਮੈਂ ਤੋੜਦਾ ਅੱਜ ਆ ਲੈਣ ਦੇ ਨੂੰ ਵਾਪਸ ਹੱਥ ਚੱਕ ਗੱਡੀ ਚਲਾ ਜੇ ਮੈਂ ਹੱਥ ਚੱਕ ਕੇ ਗੱਡੀ ਚਲਾ ਲਈ ਨਾ ਆਪਾਂ ਦੋਨੇ ਉੱਤੇ ਚੱਕੇ ਜਾਵਾਂਗੇ ਬੰਦੇ ਦਾ ਪੁੱਤ ਬਣ ਕੇ ਗੱਡੀ ਚਲਾ ਵੈਸੇ ਪੁੱਤ ਬਣਨ ਵਾਲੀ ਉਮਰ ਤਾਂ ਤੇਰੀ ਲੰਘ ਚੁੱਕੀ ਆ ਤੂੰ ਸਿਰਫ ਬੰਦਾ ਬਣ ਕੇ ਗੱਡੀ ਚਲਾ ਗੱਲ ਕੀ ਹੋਈ ਹੈ ਗੱਲ ਹੀ ਤੇ ਹੋ ਨਹੀਂ ਰਹੀ ਮਸਾਂ ਮੇਰੀ ਗੱਡੀ ਲੀ ਤੇ ਆਈ ਸੀ ਲਿਆ ਕੇ ਤੂੰ ਵਿੱਚ ਆਪਣੀ ਗੱਡੀ ਠੋਕਤੀ ਉਹ ਮੈਨੂੰ ਲੱਗਦਾ ਪ੍ਰੋਫੈਸਰ ਸਾਹਿਬ ਤੁਹਾਡੀ ਗੱਡੀ ਲੀ ਤੇ ਨਹੀਂ ਬੀ ਤੇ ਹੈ ਆਪਣੀ ਗੱਡੀ ਭਜਾਓ ਤੇ ਸਿਮਰਨ ਜੀ ਦੇ ਨੇੜੇ ਜਾਓ ਸਾਲਿਆ ਉਹਦੇ ਹੋਰ ਜ਼ਿਆਦਾ ਨੇੜੇ ਜਾ ਕੇ ਮੈਂ ਆਪਣੇ ਗੱਲ 376 ਪਾਉਣੀ ਹੈ ਸਫਰ ਦਾ ਫਲ ਮਿੱਠਾ ਹੁੰਦਾ ਉਮਰ ਦੇ ਹਿਸਾਬ ਨਾਲ ਤੁਹਾਡੇ ਵਾਲਾ ਪਲ ਕਦੋਂ ਦਾ ਪੱਕਿਆ ਪਿਆ ਹੁਣ ਗੱਲ ਨਾ ਇਹ ਕੀ ਬਕਵਾਸ ਕਰ ਰਹੇ ਆ ਇੱਜ਼ਤ ਕਰਨੀ ਸਿੱਖ ਮਾਸਟਰਾਂ ਤੇ ਪ੍ਰੋਫੈਸਰਾਂ ਦੀ ਮੈਂ ਬਚਪਨ ਤੋਂ ਇੱਜ਼ਤ ਕਰਦਾ ਆ ਰਿਹਾ ਆ ਜਿਹੜੀ ਦੋਗਲਾ ਦੀ ਦਿਨਾਲੀ ਜੀ ਬਣਾ ਕੇ ਮੇਰੇ ਕੰਨ ਨੂੰ ਲਾ ਕੇ ਮੈਨੂੰ ਡਰਾ ਰਹੇ ਹੋ ਤੁਹਾਡੇ ਖਿਆਲ ਮੈਨੂੰ ਪਤਾ ਨਹੀਂ ਮੈਂ ਫਿਰ ਵੀ ਡਰ ਰਿਹਾ ਇਹ ਜਿੱਤੀਆਂ ਹੋਰ ਕੀ ਹੈ ਯਾਰ ਮੈਂ ਹੋਰ ਕੀ ਕਰਾਂ ਸਾਲਾ ਦਿਲ ਵੀ ਦਿੱਤਾ ਉਹ ਵੀ ਇੱਕ ਡਾਕਟਰ ਨੂੰ ਮੈਂ ਭੁੱਲ ਗਿਆ ਸੀ ਕਿ ਮਰੀਜ਼ ਡਾਕਟਰ ਤੋਂ ਟਾਂਕੇ ਤਾਂ ਲਗਵਾ ਸਕਦਾ ਪਰ ਉਹਦੇ ਨਾਲ ਟਾਂਕਾ ਨਹੀਂ ਪੜਾ ਸਕਦਾ ਮੈਨੂੰ ਸਮਝ ਨਹੀਂ ਆਉਂਦੀ ਸਿਮਰਨ ਹੋਰ ਚਾਹੁੰਦੀ ਕੀ ਹੈ ਮਰਦ ਬਣੋ ਤੇ ਹੋਰ ਸਾਲਿਆ ਮੈਂ ਝੂੜੀਆਂ ਪਾਈਆਂ ਮਰਦੀ ਤਾਂ ਹੈਗਾ ਨਾ ਤੁਸੀਂ ਬੁੜੇ ਬਣੇ ਹੋਏ ਹੋ ਜਿੰਨਾ ਚਿਰ ਕਿਸੇ ਕੁੜੀ ਨੂੰ ਇਹ ਅਹਿਸਾਸ ਨਹੀਂ ਹੁੰਦਾ ਤੁਸੀਂ ਉਹਦੇ ਨਾਲ ਇਸ਼ਕ ਹੀ ਨਹੀਂ ਬਲਕਿ ਉਹਦੀ ਰਾਖੀ ਵੀ ਕਰ ਸਕਦੇ ਹੋ ਉਹਨਾਂ ਚਿਰ ਕੁੜੀ ਦਿਲ ਨਹੀਂ ਦਿੰਦੀ ਉਹਦੀ ਆਪਣਾ ਕਿਉਂ ਰਾਖੀ ਕਿਉਂ ਨਹੀਂ ਕਰ ਸਕਦਾ ਕੋਈ ਸਿਮਰਨ ਨਾਲ ਮੜ ਜੀ ਬਦਤਮੀਜ਼ੀ ਤਾਂ ਕਰਕੇ ਦੇਖੇ ਮੈਂ ਗੁੰਡਿਆਂ ਨੂੰ ਪੈਸੇ ਦੇ ਕੇ ਸਾਲਿਆਂ ਦੀ ਧੌੜੀ ਨਹੀਂ ਲਾ ਦੂੰ ਕਰਤੀ ਨਾ ਫਿਰ ਬੁੜੇ ਵਾਲੀ ਗੱਲ ਉਹ ਫਿਰ ਸਿਮਰਨ ਜੀ ਉਹਨਾਂ ਗੁੰਡਿਆਂ ਵਿੱਚੋਂ ਕਿਸੇ ਇੱਕ ਨਾਲ ਭੱਜਣਗੇ ਕਿਉਂਕਿ ਰਾਖੀ ਤਾਂ ਉਹਨਾਂ ਨੇ ਕੀਤੀ ਹੈ ਤੁਸੀਂ ਤਾਂ ਸਿਰਫ ਪੈਸੇ ਦਿੱਤੇ ਨੇ ਫਿਰ ਮੈਨੂੰ ਹੋਰ ਕੀ ਕਰਨਾ ਪਊ ਯਾਰ ਗੁੰਡਿਆਂ ਨੂੰ ਫੈਂਟਣਾ ਪੈਣਾ ਆਪਣੇ ਹੱਥੀ ਯੈਸ ਗੱਡੀ ਰੋਕ ਗੱਡੀ ਰੋਕ ਹੁਣ ਕੀ ਹੋ ਗਿਆ ਮੈਂ ਕਿਹਾ ਗੱਡੀ ਰੋਕ ਹੁਣ ਤੱਕ ਤਾਂ ਮੇਰਾ ਦਿਲ ਹੀ ਟੁੱਟਿਆ ਸੀ ਪਰ ਜੇ ਮੈਂ ਤੇਰੀਆਂ ਸਲਾਹਾਂ ਤੇ ਤੁਰ ਪਿਆ ਨਾ ਇੱਕ ਦਿਨ ਆਪਣੇ ਹੱਡ ਗੋਡੇ ਜ਼ਰੂਰ ਤੋੜਵਾ ਲੂੰਗਾ ਕਿਹੜਾ ਜਮੇ ਤੁਹਾਡੇ ਹੱਡ ਗੋਡੇ ਤੋੜਨ ਵਾਲਾ ਸਗਾ ਤੇ ਤੁਸੀਂ ਬਦਮਾਸ਼ਾਂ ਦੇ ਹੱਡ ਗੋਡੇ ਤੋੜ ਕੇ ਸਿਮਰਨ ਦੀ ਨਜ਼ਰ 'ਚ ਹੀਰੋ ਬਣਨਾ ਪਰ ਵੀਰੇ ਜੇ ਬਦਮਾਸ਼ਾਂ ਨੇ ਸਿਮਰਨ ਜੀ ਸਾਹਮਣੇ ਮੈਨੂੰ ਫੈਂਟਤਾ ਫਿਰ ਮੇਰੀ ਕੀ ਇੱਜ਼ਤ ਰਹਿ ਜੂ ਨਾ ਆਪਾਂ ਬਦਮਾਸ਼ਾਂ ਨੂੰ ਪੈਸੇ ਕਿਸ ਗੱਲ ਦੇ ਦੇਣੇ ਨੇ ਇੱਥੇ ਤਾਂ ਸਟੋਰੀ ਟਵਿਸਟ ਹੈ ਤੁਹਾਡੇ ਇੱਕ ਇੱਕ ਮੁੱਕੇ ਤੇ ਕੱਲਾ ਕੱਲਾ ਬਦਮਾਸ਼ ਤਿੰਨ ਤਿੰਨ ਲੁੱਟਣੀਆਂ ਖਾ ਕੇ ਜਾਏ ਸਿਮਰਨ ਦੇ ਪੈਰਾਂ 'ਚ ਲੜ ਗਿਆ ਨਾ ਸ਼ਾਇਦ ਹੀ ਦਬਾ ਨਹੀਂ ਨਾ ਦਿਓ ਸਾਲਾ ਸੁਣ ਨੂੰ ਸੀਨ ਤਾਂ ਫਿਲਮੀ ਜਿਹਾ ਲੱਗਦਾ ਪਰ ਫਿਰ ਵੀ ਵੀਰੇ ਬਦਮਾਸ਼ਾਂ ਨੂੰ ਸਮਝਾ ਦੀ ਕਿ ਮੈਂ ਪ੍ਰੋਫੈਸਰ ਸਾਹਿਬ ਹਾਂ ਸਿਮਰਜੀਤ ਦੇ ਸਾਹਮਣੇ ਮੇਰੇ ਨਾਲ ਥੋੜਾ ਤਮੀਜ਼ ਨਾਲ ਪੇਸ਼ ਆਉਣ ਨਾ ਤਮੀਜ਼ ਨਾਲ ਪੇਸ਼ ਆਉਣ ਨੂੰ ਹੁਣ ਅਗਲੇ ਟਾਈਆਂ ਲਾ ਕੇ ਆ ਜਾਣ ਲੜਾਈ ਕਰਨ ਆਉਣਾ ਨਾਲੇ ਕੱਲ ਨੂੰ ਸਿਮਰ ਜੀ ਨੇ 2 ਵਜੇ ਮਾਰਕੀਟ ਜਾਣਾ ਤੁਸੀਂ ਟਾਈਮ ਸਿਰ ਤਿਆਰ ਹੋ ਜਾਓ ਨਾਲ ਜਾਣ ਲਈ ਬਦਮਾਸ਼ ਤਾਂ ਹੁੰਦੇ ਪੰਕਚੁਅਲ ਨੇ